ਆਮ ਜਿਹਨੂੰ ਦਾ ਗਲਾ ਖਰਾਬ ਅਸੀਂ ਬਣਾ ਰਹੇ ਹਾਂ ਇੱਧਰ ਲਿਆਓ ਜੀ ਕੈਨੇਡਾ ਬੇਸਨ ਦਾ ਪੂੜਾ ਬੇਸਨ ਦਾ ਪੂੜਾ ਪਰ ਅਸੀਂ ਦੇਸੀ ਘੀ 'ਚ ਖਾਵਾਂਗੇ ਅਸੀਂ ਅੱਜ ਦੂਜਾ ਕੁਝ ਨਹੀਂ ਵਰਤਣਾ ਇਹਦੇ ਨਾਲ ਅਸੀਂ ਥੱਲੇ ਪੈਨ 'ਚ ਬਣਾ ਰਹੇ ਹਾਂ ਬਹੁਤ ਵਧੀਆ ਬਣਦਾ ਇਹਦੇ ਵਿੱਚ ਬੇਸਨ ਦੇ ਵਿੱਚ ਅਸੀਂ ਪਿਆਜ਼ ਪਾ ਲਿਆ ਅਦਰਕ ਪਾ ਲਈ ਧਨੀਆ ਪਾ ਲਿਆ ਅਤੇ ਹੋਰ ਕੁਛ ਨਹੀਂ ਪਾਇਆ ਇੱਕ ਵੱਡਾ ਚਮਚਾ ਚਾਹੀ ਪੈਨ ਨੂੰ ਅਸੀਂ ਚੰਗੀ ਤਰ੍ਹਾਂ ਤਪਾ ਲੈਣਾ ਵੇ ਅਤੇ ਇਹਦੇ ਵਿੱਚ ਇਹ ਜਿਹੜਾ ਬੇਸਨ ਦਾ ਪੂੜਾ ਹੈ ਇਹਨੂੰ ਅਸੀਂ ਫੈਲਾ ਦੇਣਾ ਵੇ ਪੀਣੀ ਹੈ ਅਦਰਕ ਵਾਲੀ ਚਾਹ ਅਦਰਕ ਅਸੀਂ ਕੁੱਟ ਕੇ ਇਹਨੂੰ ਚੰਗੀ ਤਰ੍ਹਾਂ ਉਬਲੇ ਆਉਣ ਦਿਓ ਉਬਾਲੇ ਫਿਰ ਅਸੀਂ ਇਹਦੇ ਵਿੱਚ ਚਾਹ ਪੱਤੀ ਅਤੇ ਉਹ ਪਾਵਾਂਗੇ ਹੁਣ ਬੇਸਨ ਦਾ ਪੂੜਾ ਪਾਵਾਂਗੇ ਇਹਨੂੰ ਢੱਕ ਕੇ ਨਾ ਅਤੇ ਆਂਚ ਨੂੰ ਮੀਡੀਅਮ ਰੱਖਾਂਗੇ ਫਿਰ ਬਹੁਤ ਵਧੀਆ ਪੱਕੇਗਾ ਫਾਇਦਾ ਇਹ ਹੁੰਦਾ ਜਦੋਂ ਇਹ ਥੋੜ੍ਹਾ ਜਿਹਾ ਪੱਕ ਜਾਂਦਾ ਨਾ ਇਹਦੇ ਨਾਲ ਆਪਣੇ ਆਪ ਹੀ ਇੰਜਨ ਕਰਕੇ ਹਿੱਲਣ ਲੱਗ ਜਾਂਦਾ ਅਜੇ ਨਹੀਂ ਹਿੱਲ ਰਿਹਾ ਮੀਨਸ ਨਹੀਂ ਪੱਕਿਆ 'ਚ ਇੰਜ ਕਰਕੇ ਪਾ ਦਿਆ ਇੱਥੇ ਐਵੇਂ ਲੱਗ ਰਿਹਾ ਜਿਵੇਂ ਕੋਈ ਦੱਬਿਆ ਹੁੰਦਾ ਇਹ ਨਾ ਮੌਸਮ ਹੈ ਨਾ ਇਹ ਵਾਲਾ ਐਲਰਜੀ ਜਿਹੜਾ ਮੈਂ ਹੁਣੇ ਪਾਣੀ ਬਣਾਇਆ ਨਾ ਉਹ ਪੀਓ ਦੋ ਟਾਈਮ ਅਤੇ ਉਹਦੇ ਨਾਲ ਬਹੁਤ ਵਧੀਆ ਅਦਰਕ ਵਾਲੀ ਚਾਹ ਅਦਰਕ ਵਾਲੀ ਚਾਹ 'ਚ ਨਾ ਥੋੜ੍ਹਾ ਜਿਹਾ ਗੁੜ ਪਾ ਕੇ ਪੀਣਾ ਚਾਹੀਦਾ ਉਹਦੇ ਨਾਲ ਗਲਾ ਸਾਫ਼ ਹੁੰਦਾ ਮੇਰੀ ਆਂਟੀ ਦੱਸਦੀ ਹੈ ਗੁੜ ਹਲਦੀ ਦੀ ਗੋਲੀ ਬਣਾ ਕੇ ਖਾਓ ਗਲੇ ਖਰਾਬ ਜੇ ਨਾ ਵੀ ਕੇ ਦੇਖਦੇ ਨਾ ਅਦਰਕ ਦਾ ਕਿੰਨਾ ਟੇਸਟ ਆ ਰਿਹਾ ਖੁਸ਼ਬੂ ਵੀ ਆ ਰਹੀ ਬਹੁਤ ਮਜ਼ੇਦਾਰ ਇਹੀ ਚਾਹ ਜਿਹੜੀ ਹੈ ਸਾਨੂੰ ਠੀਕ ਕਰੇਗੀ ਬਸ ਆ ਗਿਆ ਸੀਜ਼ਨ ਚੇਂਜ ਆਫ ਸੀਜ਼ਨ ਸਾਰੇ ਬਿਮਾਰ ਹਨ ਬਹੁਤ ਸਾਰੇ ਹੀ ਹੋਏ ਪਿੰਡ ਢਿੱਲੇ ਅਤੇ ਮੌਸਮ ਹੁਣ ਚੰਗਾ ਆ ਜਾਂਦਾ ਹੈ ਵੀ ਪੱਖੇ ਚਲਾਉਣ ਦੀ ਲੋੜ ਨਹੀਂ ਪੈਂਦੀ ਕੁਛ ਨਹੀਂ ਅਤੇ ਉੱਧਰੋਂ ਇਹ ਆ ਜਾਂਦਾ ਵੀ ਤੁਹਾਡੀ ਸਿਹਤ ਜਿਹੜੀ ਹੈ ਐਕਚੁਲੀ ਅੱਜ ਕੱਲ੍ਹ ਫਸਲਾਂ ਕੱਟੀਆਂ ਜਾ ਰਹੀਆਂ ਪੋਲਿਊਸ਼ਨ ਕਰਕੇ ਵੀ ਹਾਂ ਅਤੇ ਚਾਹ ਦਾ ਇੰਨੀ ਮਜ਼ੇਦਾਰ ਹੈ ਮੈਂ ਗੈਸ ਤੇਜ਼ ਤਾਂ ਨਹੀਂ ਕਰ ਆਈ ਕਿਧਰੇ ਥੈਂਕ ਯੂ ਬੜੀ ਜ਼ਰੂਰਤ ਸੀ ਜ਼ਰੂਰਤ ਸੀ ਔਰ ਇਹੀ ਸਾਡੇ ਮੈਂ ਤਾਂ ਰਾਤ ਨੂੰ ਵੀ ਨਾ ਲੇਟੀ ਬਣਾ ਕੇ ਖਾਵਾਂਗੀ ਸਾਡੇ ਤਾਂ ਜਦੋਂ ਜ਼ੁਕਾਮ ਹੁੰਦਾ ਸੀ ਔਰ ਇਹ ਸ਼ੁਰੂ ਹੁੰਦਾ ਸੀ ਸਾਡੇ ਦਾਦੀ ਜੀ ਰੋਟੀ ਬਿਲਕੁਲ ਮਨ੍ਹਾ ਕਰ ਦਿੰਦੇ ਸੀ ਕਹਿੰਦੇ ਸੀ ਵੀ ਉਹ ਨਹੀਂ ਖਾਣੀ ਇਸ ਵੇਲੇ ਜਿਵੇਂ ਪੂੜਾ ਖਾ ਲਿਆ ਫਿਰ ਬੇਸਣ ਦੀ ਸਬਜ਼ੀ ਬਣਾ ਦਿੰਦੇ ਸੀ ਰਾਤ ਨੂੰ ਜਿਵੇਂ ਕਿ ਰੋਟੀ ਤੋਂ ਬਿਨਾਂ ਹੀ ਕਹਿੰਦੇ ਸੀ ਉਹ ਖਾਓ ਲੇਟੀ ਲੇਟੀ ਖਾ ਕੇ ਸੋ ਜਾਣਾ ਅਤੇ ਪੱਖਾ ਬੰਦ ਕਰਕੇ ਕਹਿੰਦੇ ਸੀ ਸੋ ਜਾਓ ਔਰ ਉਹਦੇ ਨਾਲ ਤੁਸੀਂ ਸਵੇਰੇ ਉੱਠਦੇ ਆਰਾਮ ਕਰਦੇ ਪਰ ਅੱਜ ਕੱਲ੍ਹ ਦੇਸੀ ਚੀਜ਼ਾਂ ਲੋਕ ਕਰਦੇ ਘੱਟ ਨੇ ਪਰ ਬਹੁਤ ਅੱਛੀਆਂ ਨੇ ਅਦਰਕ ਦੀ ਚਾਹ ਦਾ ਕਮਾਲ ਹੈ ਅਤੇ ਬਹੁਤ ਸਾਰਾ ਸ਼ੁਕਰੀਆ ਮਿਹਰਬਾਨੀ ਜਿਹਨੂੰ ਅੱਜ ਪਾਪਾ ਨਹੀਂ ਸੀਗੇ ਹੈਗੇ ਤੁਸੀਂ ਆ ਗਏ ਹੋ ਮੇਰਾ ਜੀ ਲੱਗ ਜਾਏਗਾ ਅਦਰਵਾਈਜ਼ ਤਾਂ ਫਿਰ ਮੈਂ ਸਵੇਰੇ ਵੀ 15 ਮਿੰਟ ਘੱਟ ਕੀਤਾ ਪ੍ਰੋਗਰਾਮ ਅਤੇ ਬਹੁਤ ਸਾਰਾ ਸ਼ੁਕਰੀਆ ਪਿਆਰ ਅਤੇ ਪ੍ਰੋਗਰਾਮ ਨੂੰ ਵੇਖ ਲੈਣਾ ਖਾਣਾ ਪੀਣਾ ਤੁਹਾਨੂੰ ਮਿਲਦਾ ਹੀ ਰਹਿੰਦਾ ਹੈ ਅਤੇ ਇਹਨੂੰ ਵੀ ਕਦੀ ਸ਼ੇਅਰ ਕਰ ਦਿਆ ਕਰੋ ਵੇਖ ਲਿਆ ਕਰੋ ਲਾਈਕ ਕਰ ਦਿਆ ਕਰੋ ਬਹੁਤ ਸ਼ੁਕਰੀਆ